ਹਾਂਜੀ ਦੋਸਤੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤਾਂ ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਔਰਤਾਂ ਨੂੰ ਜਿਹੜਾ 1,000 ਰੁਪਈਆ ਜਿਹੜਾ ਸਰਕਾਰ ਨੇ ਦੇਣ ਦਾ ਵਾਅਦਾ ਕੀਤਾ ਹੈ, ਤਾਂ ਦੋਸਤੋ ਇਹਨਾਂ ਦੇ ਲਈ ਤੁਹਾਨੂੰ ਬੈਂਕ ਖਾਤੇ ਕਿਹੜੇ ਕਿਹੜੇ ਹੋਣੇ ਜ਼ਰੂਰੀ ਨੇ, ਅਤੇ ਕੀ ਇਹ ਜਿਹੜਾ 1,000 ਰੁਪਈਆ ਹੈ ਕਿ ਸਿਰਫ ਔਰਤਾਂ ਨੂੰ ਮਿਲੇਗਾ, ਠੀਕ ਹੈ ਜੀ। ਫਾਰਮ ਕਿੱਥੋਂ ਮਿਲੇਗਾ, ਠੀਕ ਹੈ ਜੀ। ਜਿਹੜੀ ਬੈਂਕਾਂ ਦੀ ਲਿਸਟ ਹੈ ਆਪਾਂ ਨੂੰ ਉਹ ਪਤਾ ਲੱਗੇਗੀ ਅੱਜ ਇਸ ਵੀਡੀਓ ਦੇ ਵਿੱਚ, ਕਿਹੜੇ ਕਿਹੜੇ ਬੈਂਕਾਂ ਦੇ ਖਾਤੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਅਤੇ ਇੱਕ ਹੋਰ ਆਪਾਂ ਗੱਲ ਕਰਾਂਗੇ, ਘਰੇਲੂ ਔਰਤਾਂ ਦੇ ਲਈ ਇਹ ਸਕੀਮ ਹੈ ਜਾਂ ਨਹੀਂ ਹੈ। ਤਾਂ ਦੋਸਤੋ, ਜੇ ਚੈਨਲ 'ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਨਾਲ ਲੱਗਦੇ ਘੰਟੀ ਦੇ ਬਟਨ ਦਬਾ ਕੇ ਉਹ 'ਤੇ ਜ਼ਰੂਰ ਪ੍ਰੈਸ ਕਰ ਲੈਣਾ, ਤਾਂ ਜੋ ਆਉਣ ਵਾਲੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਤਾਂ ਦੋਸਤੋ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਡਾਕੂਮੈਂਟਾਂ ਦੀ, ਕਿ ਆਪਾਂ ਨੂੰ ਜਿਹੜੇ ਡਾਕੂਮੈਂਟ ਹੈ ਉਹ ਕੀ ਲੱਗਣਗੇ। ਉਸ ਤੋਂ ਬਾਅਦ ਗੱਲ ਕਰਾਂਗੇ ਦੋਸਤੋ ਆਪਾਂ ਕਿ ਜਿਹੜਾ ਇਹ ਔਰਤਾਂ ਦਾ ਜਿਹੜਾ ਮੈਰਿਡ ਹੋਣਾ ਜ਼ਰੂਰੀ ਹੈ ਕਿ ਅਨਮੈਰਿਡ ਹੋਣਾ, ਠੀਕ ਹੈ ਜੀ। ਅਤੇ ਜਿਹੜੇ ਬੈਂਕ ਖਾਤੇ ਨੇ, ਠੀਕ ਹੈ ਜੀ, ਬੈਂਕ ਖਾਤੇ ਜਿਹੜਾ ਕਿਸ ਬੈਂਕ ਦਾ ਹੋਣਾ ਚਾਹੀਦਾ ਹੈ, ਅਤੇ ਕੀ ਇਹ ਬੈਂਕ ਜਿਹੜਾ ਜਨਧਨ ਵਾਲਾ ਅਕਾਊਂਟ ਹੋਣਾ ਚਾਹੀਦਾ, ਕਿ ਜਿਹੜਾ ਜਨਧਨ ਅਕਾਊਂਟ ਵਾਲਾ ਖਾਤਾ ਹੁੰਦਾ ਯਾਨੀ ਕਿ ਮੋਦੀ ਵਾਲਾ ਅਕਾਊਂਟ ਹੁੰਦਾ ਹੈ ਉਹ ਹੋਣਾ ਚਾਹੀਦਾ। ਇਹਦੇ ਬਾਰੇ ਆਪਾਂ ਸਾਰੀ ਗੱਲ ਅੱਜ ਇਸ ਵੀਡੀਓ ਦੇ ਵਿੱਚ ਕਰਨ ਜਾ ਰਹੇ ਹਾਂ, ਤਾਂ ਕਿ ਜਿਹਨਾਂ ਜਿਹੜੀਆਂ ਔਰਤਾਂ ਕਿਤੇ ਕੰਮ ਕਾਰ ਕਰ ਰਹੀਆਂ ਨੇ ਉਹਨਾਂ ਨੂੰ ਵੀ ਇਹ ਪੈਸਾ ਮਿਲੇਗਾ 1,000 ਰੁਪਈਆ, ਜਾਂ ਫਿਰ ਜਿਹੜੀਆਂ ਘਰ ਸਿਰਫ ਘਰੇਲੂ ਕੰਮ ਕਰਦੀਆਂ ਨੇ ਉਹਨਾਂ ਨੂੰ ਹੀ ਇਹ ਜਿਹੜਾ ਪੈਸਾ ਮਿਲੇਗਾ। ਇਹਨਾਂ ਵੀਡੀਓ ਦੀ ਇਹਨਾਂ ਗੱਲਾਂ ਦੇ ਵਿੱਚ ਅੱਜ ਅਸੀਂ ਚਾਨਣ ਪਾਉਣ ਜਾ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਗੱਲ ਕਰ ਲਈਏ ਕਿ ਇਹਨਾਂ ਔਰਤਾਂ ਨੂੰ ਜਿਹੜਾ ਅਦਾ ਇਹ ਜਿਹੜਾ 1,000 ਰੁਪਈਆ ਜਿਹੜਾ ਇਹ ਮਿਲਣ ਵਾਲਾ ਹੈ ਪੰਜਾਬ ਸਰਕਾਰ ਦੀ ਤਰਫੋਂ। ਤਾਂ ਦੋਸਤੋ, 1,000 ਰੁਪਈਆ ਦੀ ਸਕੀਮ ਦੀ ਗੱਲ ਕਰੀਏ ਤਾਂ 1,000 ਰੁਪਈਆ ਸਿਰਫ ਉਹਨਾਂ ਨੂੰ ਔਰਤਾਂ ਨੂੰ ਮਿਲੇਗਾ ਜਿਨ੍ਹਾਂ ਦੀਆਂ 18 ਸਾਲ ਤੋਂ ਵੱਧ ਦੀ ਉਮਰ ਹੈ, ਠੀਕ ਹੈ ਜੀ। ਏਜ 18 ਸਾਲ ਤੋਂ ਵੱਧ ਹੈ, ਵੱਧ ਚਾਹੇ ਤੁਹਾਡੀ ਉਮਰ ਜਿੰਨੀ ਮਰਜ਼ੀ ਹੋ ਸਕਦੀ ਹੈ। ਬਾਕੀ ਰਹੀ ਗੱਲ ਜਿਹੜੇ ਜਿਨ੍ਹਾਂ ਲੋਕਾਂ ਨੂੰ ਪੈਨਸ਼ਨ ਮਿਲਣੀ ਹੈ, ਠੀਕ ਹੈ ਜੀ, ਜਿਵੇਂ ਕਿ ਪੈਨਸ਼ਨ ਹੁਣ 1,500 ਰੁਪਏ ਚੱਲ ਰਹੀ ਹੈ, ਇਹਨਾਂ ਔਰਤਾਂ ਨੂੰ ਵੀ 1,000 ਰੁਪਈਆ ਮਿਲੇਗਾ ਕਿ ਨਹੀਂ ਮਿਲੇਗਾ ਪ੍ਰੋਪਰ। ਜਿਹੜੀ ਹੈ ਹੁਣੇ ਤੱਕ ਸੁਣਨ 'ਚ ਆਇਆ ਕਿ ਜਿਹੜਾ 1,000 ਰੁਪਈਆ ਅਗਰ ਉਹ ਸਰਕਾਰ ਚਾਹੁੰਦੀ ਹੈ ਤਾਂ ਦੇ ਵੀ ਸਕਦੀ ਹੈ, ਨਹੀਂ ਵੀ ਦੇ ਸਕਦੀ। ਕਿਉਂਕਿ ਦੋਸਤੋ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਉੱਥੋਂ ਦੀ ਸਰਕਾਰ ਨੇ ਕਿਹਾ ਹੈ ਕਿ ਜਿਹੜੀ ਵੀ ਕੋਈ ਔਰਤ, ਠੀਕ ਹੈ ਜੀ, ਪੈਨਸ਼ਨ ਜਾਂ ਕੋਈ ਪੱਤਾ ਲੈ ਰਹੀ ਹੈ ਪਹਿਲਾਂ ਤੋਂ ਹੀ ਸਰਕਾਰ ਦੇ ਕੋਲੋਂ, ਉਸਨੂੰ 1,000 ਰੁਪਈਆ ਨਹੀਂ ਦਿੱਤਾ ਜਾਵੇਗਾ। ਜੇ ਉਸੇ ਤਰਜ਼ ਦੇ ਵਿੱਚ ਦੋਸਤੋ ਪੰਜਾਬ ਸਰਕਾਰ ਵੀ ਚਾਹੁੰਦੀ ਹੈ ਤਾਂ ਦੋਸਤੋ ਇਹ ਨਹੀਂ ਦੇਵੇਗੀ, ਕਿਉਂਕਿ ਉਹ ਕਹਿ ਦੇਗੀ ਕਿ ਜਿਹੜੇ ਉਹ ਪਹਿਲਾਂ ਹੀ ਸਰਕਾਰੀ ਸਹੂਲਤ ਮਿਲ ਰਹੀ ਆ ਉਸਨੂੰ ਇਹ ਪੈਸਾ ਨਹੀਂ ਮਿਲੇਗਾ। ਕਿਉਂਕਿ ਦੋਸਤੋ ਸਿਰਫ 18 ਸਾਲ ਦਾ ਕਹਿ ਕੇ ਹੀ ਇਹਨਾਂ ਨੇ ਵੋਟਾਂ ਲਈਆਂ ਸੀ, ਤਾਂ ਹੁਣ ਦੇਖ ਆਉਣ ਵਾਲੇ ਟਾਈਮ ਦੱਸੇਗਾ ਕਿ ਇਹਨਾਂ ਦੇ ਕਿਹੜੀਆਂ ਇਹ ਸ਼ਰਤਾਂ ਰੱਖਦੇ ਨੇ। ਤਾਂ ਆਪਾਂ ਸੁਭਾਵਿਕ ਤੌਰ 'ਤੇ ਗੱਲ ਕਰਦੇ ਹਾਂ ਕਿ ਆਪਾਂ ਨੂੰ ਕੀ ਤਿਆਰੀ ਰੱਖਣੀ ਚਾਹੀਦੀ ਹੈ ਤਾਂ ਜੋ ਜਦੋਂ ਵੀ ਸਕੀਮ ਆਵੇ ਤਾਂ ਪਹਿਲੇ ਹਫ਼ਤੇ ਦੇ ਵਿੱਚ ਹੀ ਆਪਾਂ ਸਕੀਮ ਦੇ ਕਾਬਲ ਹੋ ਜਾਈਏ ਅਤੇ ਆਪਣਾ ਕੋਈ ਵੀ ਫਾਰਮ ਜਿਹੜਾ ਰਿਜੈਕਟ ਨਾ ਹੋਵੇ। ਤਾਂ ਉਹਦੇ ਵਾਸਤੇ ਤੁਹਾਨੂੰ ਕੀ ਚਾਹੀਦਾ, ਧਿਆਨ ਨਾਲ ਤੁਸੀਂ ਵੀਡੀਓ ਦੇਖਣੀ ਹੈ। ਤਾਂ ਦੋਸਤੋ ਤੁਸੀਂ ਦੇਖ ਲਿਆ ਕਿ 18 ਸਾਲ ਤੋਂ ਵੱਧ ਉਮਰ ਹੋਣੀ ਚਾਹੀਦੀ ਹੈ। ਆਪਾਂ ਦਸਤਾਵੇਜ਼ਾਂ ਦੀ ਗੱਲ ਕਰੀਏ ਤਾਂ ਦੋਸਤੋ ਦਸਤਾਵੇਜ਼ ਤੁਹਾਡੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ, ਠੀਕ ਹੈ ਜੀ, ਆਧਾਰ ਕਾਰਡ। ਉਸ ਤੋਂ ਬਾਅਦ ਦੋਸਤੋ ਤੁਹਾਡੇ ਕੋਲ ਇੱਕ ਹੋਣਾ ਚਾਹੀਦਾ ਵੋਟਰ ਕਾਰਡ। ਜੇ ਦੋਸਤੋ ਤੁਹਾਡੇ ਕੋਲ ਵੋਟਰ ਕਾਰਡ ਨਹੀਂ ਹੈ, ਯਾਨੀ ਕਿ ਬਣਿਆ ਹੋਇਆ ਹੈ ਪਰ ਕਈ ਵਾਰ ਨਹੀਂ ਹੁੰਦਾ, ਤਾਂ ਦੋਸਤੋ ਵੋਟਰ ਲਿਸਟ ਦੇ ਵਿੱਚ ਜਿਹੜਾ ਨਾਮ ਹੁੰਦਾ ਤੁਸੀਂ ਉਹਦੀ ਲਿਸਟ ਵੀ ਲਾ ਸਕਦੇ ਹੋ, ਯਾਨੀ ਵੋਟਰ ਸੂਚੀ ਵੀ ਲਾ ਸਕਦੇ ਹੋ। ਉਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਿਹੜਾ ਕਿ ਰਾਸ਼ਨ ਕਾਰਡ ਹੈ, ਠੀਕ ਹੈ ਜੀ, ਰਾਸ਼ਨ ਕਾਰਡ ਹੈ ਜਿਹੜਾ ਉਹ ਵੀ ਤੁਹਾਡਾ ਚੱਲ ਜਾਏਗਾ। ਤਾਂ ਜੇ ਚਾਹੇ ਤੁਹਾਡਾ BPL ਹੋਵੇ, ਠੀਕ ਹੈ ਜੀ, APL ਹੋਵੇ, ਜਿਹੜਾ ਮਰਜ਼ੀ ਰਾਸ਼ਨ ਕਾਰਡ ਤੁਹਾਡਾ ਹੋਵੇ, ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਕਿ ਤੁਹਾਡੇ ਜਿਹੜਾ ਖਾਤਾ ਹੈ ਇਹਦੇ ਨਾਲ ਜੇ ਤੁਸੀਂ ਆਪਣਾ ਪੈਨ ਕਾਰਡ ਵੀ ਲਾਓਗੇ, ਠੀਕ ਹੈ ਜੀ, ਉਹ ਵੀ ਤੁਹਾਡਾ ਚੱਲ ਜਾਏਗਾ। ਕਿਉਂਕਿ ਪੈਨ ਕਾਰਡ ਦੇ ਵਿੱਚ ਵੀ ਤੁਹਾਡਾ ਨਾਮ, ਠੀਕ ਹੈ ਜੀ, ਨਾਮ ਅਤੇ ਡੇਟ ਆਫ ਬਰਥ ਹੁੰਦੀ ਹੈ, ਠੀਕ ਹੈ ਜੀ, ਨਾਮ ਪਤਾ ਹੋ ਗਿਆ ਤੁਹਾਡਾ ਅਤੇ ਡੇਟ ਆਫ ਬਰਥ ਹੋ ਗਈ, ਠੀਕ ਹੈ ਜੀ। ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਬੈਂਕ,
ਇਹਦੇ ਵਾਸਤੇ ਬੈਂਕ ਕਿਹੜਾ ਜ਼ਰੂਰੀ ਹੈ? ਕਿਉਂਕਿ ਦੋਸਤੋ ਕਾਫੀ ਔਰਤਾਂ ਦੇ ਮੈਸੇਜ ਆ ਰਹੇ ਸੀ ਸਾਨੂੰ ਕਿ ਸਾਨੂੰ ਗਾਈਡ ਕਰੋ ਚੰਗੀ ਤਰ੍ਹਾਂ, ਕਿਉਂਕਿ ਅਸੀਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਦੱਸ ਰਹੇ ਸੀ ਕਿ ਕਿਹੜੇ ਕਿਹੜੇ ਬੈਂਕਾਂ ਦੇ ਖਾਤੇ ਚੱਲਣਗੇ ਅਤੇ ਕਿਹੜੇ ਖਾਤੇ ਜਿਹੜੇ ਆ ਸਾਡੇ ਨਹੀਂ ਚੱਲਣਗੇ। ਇੱਕ ਇੱਕ ਦਾ ਜਿਹੜਾ ਕੀ ਹੈ ਉੱਤਰ ਦੇਣਾ ਬਹੁਤ ਮੁਸ਼ਕਿਲ ਹੁੰਦਾ ਹੈ। ਅਸੀਂ ਸੋਚਿਆ ਕਿ ਇੱਕ ਵੀਡੀਓ ਬਣਾ ਕੇ ਤੁਹਾਨੂੰ ਪ੍ਰੋਪਰ ਦੱਸ ਦੇ, ਤੁਹਾਨੂੰ ਇਹਦੇ ਵਿੱਚ ਅਸੀਂ ਲਿਸਟ ਵੀ ਦਿਖਾਉਣ ਜਾ ਰਹੇ ਹਾਂ ਕਿ ਕਿਹੜੇ ਕਿਹੜੇ ਜਿਹੜੀਆਂ ਔਰਤਾਂ ਨੂੰ ਖਾਤਾ ਖੁਲਵਾ ਲੈਣਾ ਚਾਹੀਦਾ। ਜੇ ਨਹੀਂ ਹੈਗਾ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ, ਹਜੇ ਟਾਈਮ ਪਿਆ, ਤੁਸੀਂ ਖੁਲਵਾ ਸਕਦੇ ਹੋ। ਉਸ ਤੋਂ ਪਹਿਲਾਂ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਜਿਹੜੀਆਂ ਔਰਤਾਂ ਨੇ, ਠੀਕ ਹੈ ਜੀ, ਔਰਤਾਂ ਦਾ ਜਿਹੜਾ ਕਿਤੇ ਵੀ ਨੌਕਰੀ, ਠੀਕ ਹੈ ਜੀ, ਜੋਬ ਵਗੈਰਾ ਲੱਗਾ ਹੋਣਾ ਜ਼ਰੂਰੀ ਹੈ ਜਾਂ ਫਿਰ ਨਹੀਂ? ਤਾਂ ਦੋਸਤੋ ਆਪਾਂ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਕਿਉਂਕਿ ਉੱਥੇ ਸਕੀਮ ਸ਼ੁਰੂ ਕਰ ਦਿੱਤੀ ਹੈ ਸੁਖਵਿੰਦਰ ਸੁੱਖੂ CM ਨੇ ਉੱਥੋਂ ਦੇ ਕਾਂਗਰਸ ਦੇ, ਤਾਂ ਉਹਨਾਂ ਨੇ ਸ਼ੁਰੂਆਤ ਕਰ ਦਿੱਤੀ ਹੈ। ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਹਿਮਾਚਲ ਦੇ ਵਿੱਚ ਕੀ ਸ਼ਰਤ ਰੱਖੀ ਗਈ ਹੈ, ਨਾ ਤਾਂ ਔਰਤ ਕਿਤੇ ਪੈਨਸ਼ਨ ਲੈਂਦੀ ਹੋਵੇ, ਨਾ ਹੀ ਕਿਤੇ ਜੋਬ ਕਰਦੀ ਹੋਵੇ, ਸਿਰਫ ਘਰੇਲੂ ਔਰਤਾਂ ਨੂੰ ਹੀ ਪੈਸੇ ਦਿੱਤੇ ਜਾਣਗੇ। ਜੇ ਉਸ ਦੀ ਗੱਲ ਕਰੀਏ ਤਾਂ ਜੇ ਉਹੀ ਚੀਜ਼ ਅਪਣਾਉਂਦੀ ਹੈ ਪੰਜਾਬ ਸਰਕਾਰ, ਤਾਂ ਪੰਜਾਬ ਦੇ ਵਿੱਚ ਵੀ ਘਰੇਲੂ ਔਰਤਾਂ ਨੂੰ ਹੀ ਪੈਸੇ ਦਿੱਤੇ ਜਾਣਗੇ। ਜੇ ਕੋਈ ਕਿਤੇ ਕੰਮ ਕਰਦੀ ਹੈ ਤਾਂ ਉਸ ਨੂੰ ਪੈਸੇ ਨਹੀਂ ਦਿੱਤੇ ਜਾਣਗੇ, ਜਿਹੜੀ ਕਿ ਸਰਾਸਰ ਔਰਤਾਂ ਦੇ ਨਾਲ ਧੱਕਾ ਹੋਣ ਵਾਲੀ ਗੱਲ ਕੀਤੀ ਜਾਵੇਗੀ। ਤਾਂ ਉਮੀਦ ਇਹੀ ਹੈ ਕਿ ਜਿਹੜੀਆਂ ਵੀ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੇ, ਚਾਹੇ ਉਹ ਪ੍ਰਾਈਵੇਟ ਲੱਗੀ ਹੋਵੇ, ਠੀਕ ਹੈ ਜੀ, ਚਲ ਸਰਕਾਰੀ ਦਾ ਕੀ ਕਹਿਣਾ, ਪ੍ਰਾਈਵੇਟ ਵਾਲਿਆਂ ਨੂੰ ਤਾਂ ਜ਼ਰੂਰ ਹੀ ਉਰੇ 1000 ਰੁਪਇਆ ਮਿਲਣਾ ਚਾਹੀਦਾ। ਤਾਂ ਇਸ ਤੋਂ ਇਲਾਵਾ ਗੱਲ ਕਰਦੇ ਹਾਂ ਹੁਣ ਬੈਂਕਾਂ ਦੀ ਕਿ ਕਿਹੜੇ ਬੈਂਕ ਹੈ ਜਿਹੜੇ ਤੁਹਾਨੂੰ ਉਹਨਾਂ ਦੇ ਵਿੱਚ ਖਾਤਾ ਖੁਲਵਾ ਲੈਣਾ ਚਾਹੀਦਾ ਹੈ। ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਬੈਂਕਾਂ ਦੀ ਲਿਸਟ ਆ ਚੁੱਕੀ ਹੈ ਆਪਣੇ ਕੋਲ, ਕਿਹੜੇ ਕਿਹੜੇ ਉਹ ਬੈਂਕ ਨੇ ਜਿਨ੍ਹਾਂ ਵਿੱਚ ਤੁਹਾਡਾ ਖਾਤਾ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਆਪਾਂ ਬੈਂਕਾਂ ਦੀ ਗੱਲ ਕਰੀਏ ਤਾਂ ਬੈਂਕਾਂ ਦੇ ਨਾਮ ਪੜ੍ਹ ਲੈਂਦੇ ਆਪਾਂ ਦੋਸਤੋ, ਸੈਂਟਰਲ ਬੈਂਕ ਆਫ ਇੰਡੀਆ, ਠੀਕ ਹੈ, CBI, ਆਪਾਂ ਇਹਨੂੰ ਸ਼ੋਰਟ ਬੋਰਡ ਕਹਿੰਦੇ CBI, ਸੈਂਟਰਲ ਬੈਂਕ ਆਫ ਇੰਡੀਆ, ਠੀਕ ਹੈ ਜੀ, ਪੰਜਾਬ ਗ੍ਰਾਮੀਣ ਬੈਂਕ, ਜੇ ਇਹਦੇ ਵਿੱਚ ਵੀ ਖਾਤਾ ਹੈ ਤਾਂ ਤੁਹਾਡਾ ਖਾਤਾ ਇਹ ਚੱਲੇਗਾ, ਠੀਕ ਹੈ ਜੀ। ਕੈਨਰਾ ਬੈਂਕ ਦੇ ਵਿੱਚ ਵੀ ਜੇ ਤੁਹਾਡਾ ਖਾਤਾ ਹੈ ਤਾਂ ਇਹਦੇ ਵਿੱਚ ਵੀ ਤੁਸੀਂ 1000 ਰੁਪਏ ਵਾਲੀ ਸਕੀਮ ਦੇ ਲਈ ਇਹ ਤੁਸੀਂ ਖਾਤਾ ਲਗਾ ਸਕਦੇ ਹੋ। ਪੰਜਾਬ ਨੈਸ਼ਨਲ ਬੈਂਕ, ਠੀਕ ਹੈ ਜੀ, PNB ਜਿਹੜਾ ਖਾਤਾ ਹੈ ਤੁਹਾਡਾ ਚੱਲ ਜਾਏਗਾ। ਪੰਜਾਬ ਐਂਡ ਸਿੰਧ ਬੈਂਕ, ਇਹਦੇ ਵਿੱਚ ਵੀ ਜਿਹੜਾ ਤੁਹਾਡਾ ਖਾਤਾ ਹੈ ਉਹ ਚੱਲੇਗਾ, ਠੀਕ ਹੈ ਜੀ। ਸਟੇਟ ਬੈਂਕ ਆਫ ਇੰਡੀਆ, ਇਹ ਤਾਂ SBI ਹੈ, ਸਭ ਤੋਂ ਵੱਡਾ ਖਾਤਾ ਹੈ, ਇਹਦੇ ਆਰਾਮ ਨਾਲ ਹੀ ਤੁਹਾਡਾ ਖਾਤਾ ਚੱਲ ਜਾਏਗਾ। ਯੂਨੀਅਨ ਬੈਂਕ ਆਫ ਇੰਡੀਆ, ਜੇ ਤੁਹਾਡਾ ਖਾਤਾ ਯੂਨੀਅਨ ਬੈਂਕ ਆਫ ਇੰਡੀਆ ਦੇ ਵਿੱਚ ਵੀ ਹੈ ਤਾਂ ਵੀ ਤੁਹਾਡਾ ਚੱਲੇਗਾ, ਠੀਕ ਹੈ ਜੀ। ਪ੍ਰਾਈਵੇਟ ਬੈਂਕਾਂ ਦੇ ਵਿੱਚ ਆ ਜਾਂਦੇ ਨੇ ਬੈਂਕ, ਠੀਕ ਹੈ ਜੀ, ਬੈਂਕ ਆਫ ਇੰਡੀਆ, ਠੀਕ ਹੈ ਜੀ, ਇਹਦਾ ਵੀ ਖਾਤਾ ਚੱਲੇਗਾ। ਹੁਣ ਆਪਾਂ ਗੱਲ ਕਰਦੇ ਹਾਂ ਹੋਰ ਬੈਂਕਾਂ ਦੀ, ਤਾਂ ਯੂਕੋ ਬੈਂਕ, ਠੀਕ ਹੈ ਜੀ, ਯੂਕੋ ਬੈਂਕ ਕਿਤੇ ਕਿਤੇ ਇਹਨਾਂ ਦੀਆਂ ਬ੍ਰਾਂਚਾਂ ਮੌਜੂਦ ਨੇ ਅਤੇ ਇਹਦੇ ਵਿੱਚ ਵੀ ਤੁਹਾਡਾ ਖਾਤਾ ਇਹ ਹੋਏਗਾ ਤਾਂ ਜ਼ਰੂਰ ਉਹ ਚੱਲੇਗਾ, ਨਾ ਚੱਲਣ ਵਾਲੀ ਕੋਈ ਵੀ ਗੱਲ ਨਹੀਂ ਹੈ। ਇੰਡੀਅਨ ਓਵਰਸੀਜ਼ ਬੈਂਕ ਦੀ ਗੱਲ ਕਰੀਏ ਤਾਂ ਉਹਦੇ ਵੀ ਖਾਤੇ, ਜੇ ਤੁਸੀਂ ਖੁਲਵਾਇਆ ਹੋਇਆ ਤਾਂ ਉਹਦਾ ਵੀ ਖਾਤਾ ਤੁਹਾਡਾ 1000 ਰੁਪਏ ਸਕੀਮ ਦੇ ਲਈ ਜ਼ਰੂਰੀ ਹੈ, ਠੀਕ ਹੈ ਜੀ, ਯਾਨੀ ਕਿ ਚੱਲ ਜਾਏਗਾ। ਇੰਡੀਅਨ ਬੈਂਕ ਦਾ ਵੀ ਖਾਤਾ ਹੈ, ਜੇ ਤੁਹਾਡਾ 1000 ਰੁਪਏ ਇਹਦੇ ਵਿੱਚ ਵੀ ਆ ਜਾਣਗੇ, ਜੇ ਤੁਸੀਂ ਸਕੀਮ ਦੇ ਬਾਕੀ ਸ਼ਰਤਾਂ ਪੂਰੀਆਂ ਕਰਦੇ ਹੋ। ਤਾਂ HDFC ਬੈਂਕ ਵੀ ਪ੍ਰਾਈਵੇਟ ਬੈਂਕ ਹੈ, ਇੱਕ ਬਹੁਤ ਹੀ ਵੱਡਾ ਬੈਂਕ ਹੈ, ਠੀਕ ਹੈ ਜੀ। ਇੰਡਸਇੰਡ ਬੈਂਕ ਜਿਹੜਾ ਇਹਦੇ ਵਿੱਚ ਵੀ ਤੁਹਾਡਾ ਖਾਤਾ ਹੋਏਗਾ ਤਾਂ ਚੱਲੇਗਾ ਜੀ। ICICI ਬੈਂਕ ਦੇ ਵਿੱਚ ਵੀ ਜੇ ਤੁਹਾਡਾ ਖਾਤਾ ਹੈ ਤਾਂ ਪ੍ਰੋਪਰ ਆਰਾਮ ਦੇ ਤਰੀਕੇ ਦੇ ਨਾਲ ਹੀ ਤੁਹਾਡਾ ਖਾਤਾ ਇਹ ਚੱਲ ਜਾਏਗਾ। ਅੱਗੇ ਗੱਲ ਕਰੀਏ ਦੋਸਤੋ ਬੈਂਕ ਆਫ ਬੜੌਦਰਾ BOB, ਠੀਕ ਹੈ ਜੀ, ਇਹਦੇ ਵਿੱਚ ਵੀ ਦੋਸਤੋ ਤੁਹਾਡਾ ਜੇ ਖਾਤਾ ਹੈ ਤਾਂ ਆਰਾਮ ਨਾਲ ਚੱਲ ਜਾਏਗਾ, ਠੀਕ ਹੈ ਜੀ। ਐਕਸਿਸ ਬੈਂਕ ਦੇ ਵਿੱਚ ਵੀ ਤੁਹਾਡਾ ਖਾਤਾ ਹੈ ਤਾਂ ਇਹ ਵੀ ਚੱਲ ਜਾਏਗਾ। ਦੋਸਤੋ ਤੁਸੀਂ ਧਿਆਨ ਨਾਲ ਦੇਖ ਸਕਦੇ ਹੋ, ਕਈ ਪ੍ਰਾਈਵੇਟ ਬੈਂਕ ਨੇ ਅਤੇ ਕਈ ਸਰਕਾਰੀ ਬੈਂਕ ਨੇ। ਸਾਡੇ ਕੋਲ ਮੈਸੇਜ ਆਉਂਦੇ ਨੇ ਕਿ ਸਾਡਾ ਪ੍ਰਾਈਵੇਟ ਬੈਂਕ ਹੈ, SBI ਨਹੀਂ ਹੈ ਕਿ ਚੱਲੇਗਾ। ਜੇ ਤੁਹਾਡਾ ਇਹਨਾਂ ਬੈਂਕਾਂ ਦੀ ਸੂਚੀ ਦੇ ਵਿੱਚ ਨਾਮ ਹੈ ਤਾਂ ਤੁਹਾਡਾ ਉੱਡਣ ਦੀ ਕੋਈ ਲੋੜ ਨਹੀਂ, ਉਹੀ ਖਾਤਾ ਤੁਹਾਡਾ ਚੱਲ ਜਾਏਗਾ। IDBI ਬੈਂਕ ਵੀ ਚੱਲੇਗਾ ਦੋਸਤੋ, ਜੇ ਤੁਹਾਡਾ ਉਹ ਵੀ ਬੈਂਕ ਹੈ ਤਾਂ IDBI, ਤਾਂ ਕੈਪੀਟਲ ਸਮਾਲ ਫਾਈਨੈਂਸ ਬੈਂਕ ਦੀ ਕੋਈ ਸ਼ਾਖਾ ਹੁੰਦੀ ਹੈ ਪ੍ਰੋਪਰ, ਕਿਤੇ ਕਿਤੇ ਹੁੰਦੀ ਹੈ ਮੌਜੂਦ, ਵੱਡੇ ਵੱਡੇ ਜਿਵੇਂ ਕਿ ਮੈਟਰੋ ਸ਼ਹਿਰਾਂ ਦੇ ਵਿੱਚ ਹੁੰਦੀ ਹੈ, ਚੰਡੀਗੜ੍ਹ ਹੋ ਗਈ, ਜਲੰਧਰ ਹੋ ਗਈ, ਲੁਧਿਆਣਾ ਹੋ ਗਈ, ਇਹਨਾਂ ਦੇ ਖਾਤੇ ਵੀ ਤੁਹਾਡੇ ਚੱਲ ਜਾਣਗੇ। ਤਾਂ ਅੱਗੇ ਗੱਲ ਕਰੀਏ ਦੋਸਤੋ
ਕਿ ਇਹ ਯੂ ਸਮਾਲ ਫਾਈਨੈਂਸ ਬੈਂਕ ਇਹ ਜਿਹੜੇ ਸਮਾਲ ਜਿਹੜੇ ਲੋਨ ਉਪਲਬਧ ਕਰਵਾਉਂਦੇ ਨੇ, ਜਿਵੇਂ ਕਿ ਤੁਸੀਂ ਕਈ ਵਾਰ ਸੁਣਿਆ ਹੋਣਾ ਗਰੁੱਪਾਂ ਦੇ ਵਿੱਚ ਲੋਨ ਦਿੱਤੇ ਜਾਂਦੇ ਨੇ, ਇਹਨਾਂ ਗਰੁੱਪਾਂ ਦੇ ਵਿੱਚ ਦੋਸਤੋ ਲੋਨ ਦਿੱਤੇ ਜਾਂਦੇ ਨੇ, ਉਦੋਂ ਖਾਤਾ ਖੁਲਵਾਉਂਦੇ ਨੇ ਲੇਡੀਜ਼, ਤਾਂ ਉਸ ਟਾਈਮ ਜੇ ਤੁਹਾਡਾ ਖਾਤਾ ਖੁੱਲ੍ਹਾ ਤਾਂ ਉਹ ਵੀ ਬੈਂਕ ਖਾਤਾ ਜਿਹੜਾ ਚੱਲ ਜਾਵੇਗਾ। ਮੈਂ ਤੁਹਾਨੂੰ ਹਿਦਾਇਤ ਉਰੇ ਦਊਂਗਾ ਕਿ ਤੁਸੀਂ ਆਪਣਾ ਖਾਤਾ ਜਿਹੜਾ SBI PNB ਵਰਗੇ ਸਰਕਾਰੀ ਬੈਂਕਾਂ 'ਚ ਇੱਕ ਵਾਰੀ ਜ਼ਰੂਰ ਖੁਲਾਓ, ਕਿਉਂਕਿ ਉਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਠੀਕ ਹੈ ਜੀ, ਜੇ ਤੁਸੀਂ ਲੋਨ ਵਾਲਾ ਅਕਾਊਂਟ ਦਿੰਦੇ ਹੋ ਤਾਂ ਦੋਸਤੋ ਹੋ ਸਕਦਾ ਕਿ ਤੁਹਾਡਾ ਜਿਹੜਾ ਇਹ ਪੈਸਾ ਆਏਗਾ ਉਹ ਕਿਸੇ ਨਾ ਕਿਸੇ ਕਿਸ਼ਤ ਦੇ ਰੂਪ 'ਚ ਕਿਸੇ ਨਾ ਕਿਸੇ ਪਲੰਟੀ ਦੇ ਰੂਪ ਦੇ ਵਿੱਚ ਕੱਟਿਆ ਜਾਵੇ, ਕਿਉਂਕਿ ਪ੍ਰਾਈਵੇਟ ਬੈਂਕਾਂ ਦੇ ਵਿੱਚ ਇਹ ਦਿੱਕਤਾਂ ਬਹੁਤ ਆਉਂਦੀਆਂ ਨੇ ਕਿ ਸਾਡੇ ਖਾਤੇ ਦੇ ਵਿੱਚ ਪੈਸਾ ਕੱਟਿਆ ਜਾ ਚੁੱਕਿਆ ਬੈਂਕ ਦੀ ਤਰਫੋਂ, ਤਾਂ ਉਸ ਤੋਂ ਬਾਅਦ ਤਾਂ ਕੋਈ ਇਲਾਜ ਨਹੀਂ ਹੁੰਦਾ। ਇਲਾਜ ਤਾਂ ਬਹੁਤ ਹੁੰਦੇ ਨੇ ਪਰ ਬੈਂਕ ਵਾਲੇ ਦੱਸ ਕੇ ਰਾਜ਼ੀ ਨਹੀਂ ਹੁੰਦੇ। ਤਾਂ ਅੱਗੇ ਇੱਕ ਬੈਂਕ ਹੈ ਜੀ, ਪੰਜਾਬ ਸਟੇਟ ਕੋਪਰੇਟਿਵ ਬੈਂਕ, ਯਾਨੀ ਪੰਜਾਬ ਕੋਪਰੇਟਿਵ ਬੈਂਕ ਜਿਹੜੇ ਹੁੰਦੇ ਨੇ ਉਹ ਵੀ ਚੱਲਣਗੇ, ਜਿਵੇਂ ਕਿ ਪਿੰਡਾਂ ਦੇ ਵਿੱਚ ਹੁੰਦੇ ਨੇ ਜਿਹੜੇ, ਉਹ ਬੈਂਕ ਵੀ ਆਰਾਮ ਦੇ ਨਾਲ ਤੁਹਾਡੇ ਇਹ ਚੱਲ ਜਾਣਗੇ। ਹੁਣ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਦੋਸਤੋ ਕਿ ਜਿਹੜਾ ਇਹ ਤੁਹਾਡਾ ਖਾਤਾ ਹੈ, ਠੀਕ ਹੈ ਜੀ, ਬੈਂਕ ਦਾ ਜਿਹੜਾ ਖਾਤਾ ਤੁਹਾਡਾ, ਇੱਕ ਤਾਂ ਇਹ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਲਿੰਕ ਆਧਾਰ ਕਾਰਡ ਦੇ ਨਾਲ ਲਿੰਕ ਹੋਣਾ ਚਾਹੀਦਾ ਹੈ। ਦੂਸਰਾ, ਇਹ ਆਧਾਰ ਕਾਰਡ ਦੇ ਨਾਲ, ਠੀਕ ਹੈ ਜੀ, ਇਹ ਸੀਡਡ ਹੋਣਾ ਚਾਹੀਦਾ ਹੈ। ਸੀਡਡ ਯਾਨੀ ਕਿ ਜਦੋਂ ਵੀ ਕੋਈ ਸਰਕਾਰੀ ਪੈਸਾ ਆਵੇ, ਜਿਵੇਂ ਕਿ ਇਹ ਗੌਰਮੈਂਟ ਸਰਕਾਰੀ ਪੈਸਾ ਜੇ ਤੁਹਾਨੂੰ ਦੇਣਾ ਚਾਹੇ, ਤੁਹਾਡਾ ਆਧਾਰ ਕਾਰਡ ਦਾ ਨੰਬਰ ਹੈ ਜਿਹੜਾ, ਠੀਕ ਹੈ ਜੀ, ਉਹ ਉਰੇ ਨੰਬਰ ਤੁਹਾਡਾ ਜਿਹੜਾ ਵੀ ਹੋਏਗਾ ਉਹ ਡਾਇਲ ਕਰੇਗੀ, ਤਾਂ ਇਸ 'ਤੇ ਤੁਹਾਡੇ ਆਧਾਰ ਕਾਰਡ ਦੇ ਨਾਲ ਜਿਹੜਾ ਵੀ ਖਾਤਾ ਲਿੰਕ ਹੈ, ਚਾਹੇ ਉਹ SBI ਦਾ ਹੈ, ਠੀਕ ਹੈ ਜੀ, ਚਾਹੇ PNB ਦਾ ਹੈ, ਠੀਕ ਹੈ ਜੀ, ਚਾਹੇ ਬੈਂਕ ਆਫ ਬੜੌਦਾ, ਚਾਹੇ HDFC ਦਾ ਹੈ, ਜਿਹੜਾ ਵੀ ਖਾਤਾ ਹੈ ਤੁਹਾਡਾ ਉਹ ਆਟੋਮੈਟਿਕ ਹੀ ਸ਼ੋਅ ਹੋਣ ਲੱਗ ਜਾਏਗਾ ਅਤੇ ਉਹਦੇ ਵਿੱਚ ਸਰਕਾਰ ਪੈਸਾ ਪਾ ਦਿੰਦੀ ਹੈ। ਠੀਕ ਹੈ ਜੀ, ਜਿਵੇਂ ਕਿ ਹੁਣ LPG ਹੈ ਜਿਹੜਾ ਆਪਣਾ, ਉਹਦੀ ਸਬਸਿਡੀ ਆਉਂਦੀ ਹੈ, ਠੀਕ ਹੈ ਜੀ, ਤਾਂ ਕਹਿੰਦੇ ਆ ਕਿ ਸਾਡੀ ਸਬਸਿਡੀ ਨਹੀਂ ਆ ਰਹੀ, ਇਸੇ ਕਰਕੇ ਨਹੀਂ ਆਉਂਦੀ ਦੋਸਤੋ, ਕਿਉਂਕਿ ਤੁਹਾਡੇ ਆਧਾਰ ਕਾਰਡ ਦੇ ਨਾਲ ਖਾਤਾ ਸੀਡ ਨਹੀਂ ਹੁੰਦਾ। ਲਿੰਕ ਕਰਨਾ ਅਲੱਗ ਚੀਜ਼ ਹੁੰਦੀ ਹੈ, ਲਿੰਕ ਦੇ ਨਾਲ ਦੋਸਤੋ ਤੁਸੀਂ ਜਦੋਂ ਵੀ ਫਿੰਗਰਾਂ ਦੇ ਨਾਲ, ਠੀਕ ਹੈ ਜੀ, ਫਿੰਗਰਾਂ ਨਾਲ ਬਾਇਓਮੈਟ੍ਰਿਕ ਦੇ ਨਾਲ ਕਿਤੋਂ ਬਾਹਰ ਜਾ ਕੇ CSP ਹੋ ਗਈ ਜਾਂ ਫਿਰ ਸੁਵਿਧਾ ਕੇਂਦਰ ਹੋ ਗਿਆ, ਇਹਨਾਂ ਤੋਂ ਤੁਸੀਂ ਪੈਨਸ਼ਨ ਜਾਂ ਕੋਈ ਵੀ ਪੈਸਾ ਕਢਵਾਉਂਦੇ ਹੋ ਅੰਗੂਠਾ ਲਾ ਕੇ, ਤਾਂ ਉਹ ਪੈਸਾ ਨਿਕਲ ਜਾਂਦਾ ਹੈ। ਪਰ ਜਦੋਂ ਸੀਡਡ ਦੀ ਗੱਲ ਹੁੰਦੀ ਹੈ, ਸੀਡਡ ਦੇ ਵਿੱਚ ਦੋਸਤੋ ਜਦੋਂ ਕੋਈ ਸਰਕਾਰ ਤੁਹਾਡੇ ਖਾਤੇ 'ਚ ਪੈਸਾ ਪਾਉਣਾ ਚਾਹੁੰਦੀ ਹੈ ਤਾਂ ਤੁਹਾਡੇ ਆਧਾਰ ਕਾਰਡ ਦੇ ਨਾਲ ਜਿਹੜਾ ਖਾਤਾ ਲਿੰਕ ਹੁੰਦਾ ਉਹਦੇ ਵਿੱਚ ਪੈਸੇ ਪੈਂਦੇ ਨੇ, ਤਾਂ ਇਹ ਗੱਲ ਜਿਹੜੀ ਤੁਸੀਂ ਪੂਰੀ ਧਿਆਨ 'ਚ ਰੱਖਣੀ ਹੈ ਕਿ ਤੁਹਾਡਾ ਖਾਤਾ ਹੈ ਜਿਹੜਾ ਉਹ ਲਿੰਕ ਵੀ ਹੋਣਾ ਚਾਹੀਦਾ ਅਤੇ ਉਹ ਸੀਡਡ ਵੀ ਹੋਣਾ ਚਾਹੀਦਾ ਹੈ। ਜੇ ਹੋਰ ਵੀ ਕੋਈ ਤੁਸੀਂ ਆਪਣੇ ਚੈਨਲ ਦੇ ਰਾਹੀਂ ਕੋਈ ਜਾਣਨਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਜ਼ਰੂਰ ਕਰਨਾ, ਅਸੀਂ ਉਸ 'ਤੇ ਇੱਕ ਪ੍ਰੋਪਰ ਵੀਡੀਓ ਬਣਾ ਦਾਂਗੇ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਇਹ ਜਿਹੜੀਆਂ ਔਰਤਾਂ ਨੇ ਇਹ ਮੈਰਿਡ ਹੋਣੀਆਂ ਜ਼ਰੂਰੀ ਜਾਂ ਫਿਰ ਅਨਮੈਰਿਡ ਹੋਣੀਆਂ ਜ਼ਰੂਰੀ, ਠੀਕ ਹੈ ਜੀ। ਤਾਂ ਹੁਣ ਤੁਹਾਨੂੰ ਦੱਸਦੀ ਹਾਂ ਕਿ ਜੇ 18 ਸਾਲ ਤੋਂ ਵੱਧ ਉਮਰ ਹੈ, ਠੀਕ ਹੈ ਜੀ, ਤਾਂ ਉਹ ਉਸ ਟਾਈਮ ਹੀ ਤਕਰੀਬਨ ਦੇਖਿਆ ਜਾਏਗਾ। ਹਜੇ ਪਹਿਲਾਂ ਲੋਕ ਕੀ ਕਰਦੇ ਸੀ, 18 ਸਾਲ ਦੇ ਹੁੰਦੇ ਹੀ ਵਿਆਹ ਕਰ ਦਿੰਦੇ ਸੀ, ਹੁਣ ਇਹ 25 ਸਾਲ ਤੱਕ ਨੋਰਮਲ ਵਿਆਹ ਕਰਦੇ ਆ। ਤਾਂ ਦੋਸਤੋ ਇਹ 'ਚ ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜੇ ਤੁਸੀਂ ਹਜੇ ਵਿਆਹੇ ਹੋਇਓ ਅਨਮੈਰਿਡ ਹੋ ਤੁਹਾਨੂੰ ਦਿੱਕਤ ਪਰੇਸ਼ਾਨੀ ਨਹੀਂ ਆਏਗੀ। ਕਿਉਂ? ਕਿਉਂਕਿ ਦੋਸਤੋ ਉਹਨਾਂ ਨੇ 18 ਸਾਲ ਕਿਹਾ ਹੈ, ਨਾ ਕਿ ਇਹ ਸ਼ਰਤ ਰੱਖੀ ਹੈ ਕਿ ਅਨਮੈਰਿਡ ਹੋਣ ਜਾਂ ਫਿਰ ਵਿਆਹੀਆਂ ਹੋਣ, ਠੀਕ ਹੈ ਜੀ। ਜੇ ਤੁਸੀਂ ਹੋਰ ਵੀ ਚੈਨਲ 'ਤੇ ਕੋਈ ਸਾਡੀ ਜਾਣਕਾਰੀ 'ਚੋਂ ਲੈਣਾ ਚਾਹੁੰਦੇ ਹੋ, ਇਸ ਚੈਨਲ 'ਤੇ ਤੁਹਾਨੂੰ ਸਾਰੀਆਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਅਸੀਂ ਇਸੇ ਕਰਕੇ ਵੀਡੀਓ ਬਣਾਈਏ ਤਾਂ ਜੋ ਤੁਹਾਨੂੰ ਟਾਈਮ ਤੋਂ ਪਹਿਲਾਂ ਤੁਸੀਂ ਆਪਣੀਆਂ ਤਿਆਰੀਆਂ ਕਰ ਲਓ, ਕਿਉਂਕਿ ਪੰਜਾਬ ਸਰਕਾਰ ਹੁਣ 5 ਸਾਲ ਪੂਰੇ ਤੁਹਾਨੂੰ ਲੱਗਦਾ ਕਿ ਹੋਣ ਵਾਲੇ ਨੇ, 2 ਸਾਲ ਹੋਰ ਰਹਿ ਗਏ ਨੇ, 2.5 ਸਾਲ ਤਕਰੀਬਨ ਹੋ ਚੁੱਕੇ ਨੇ। ਤਾਂ ਦੋਸਤੋ ਜਲਦ ਤੋਂ ਜਲਦ ਪੰਜਾਬ ਸਰਕਾਰ ਵੀ ਚਾਹੇਗੀ ਕਿ ਉਹ ਸਕੀਮ ਪੂਰੀ ਕਰ ਦਿੱਤੀ ਜਾਵੇ, ਤਾਂ ਕਿਉਂਕਿ ਉਸ ਤੋਂ ਬਾਅਦ ਵੀ ਦੋਸਤੋ
2027 ਦੇ ਵਿੱਚ ਪੰਜਾਬ ਸਰਕਾਰ ਨੇ ਵੋਟਾਂ ਚਾਹੀਦੀਆਂ ਨੇ, ਜੇ ਸਕੀਮ ਪੂਰੀ ਨਹੀਂ ਕੀਤੀ ਤਾਂ ਇਹ ਵੋਟਾਂ ਉਹਨਾਂ ਨੂੰ ਨਹੀਂ ਮਿਲਣੀਆਂ। ਇਹੋ ਜਿਹੀਆਂ ਜਾਣਕਾਰੀਆਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਧੰਨਵਾਦ ਜੀ।